ਸਤਿ ਸ੍ਰੀ ਅਕਾਲ ਫਰੈਂਡ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਕੜੀ ਬਣਾਉਣ ਲੱਗੇ ਹਾਂ। ਕੜੀ ਦੇ ਵਾਸਤੇ ਬਹੁਤ ਰਿਕੁਐਸਟ ਆਈ ਸੀ ਕਿ ਕੜੀ ਬਣਾ ਕੇ ਦਿਖਾਓ, ਰਿਕੁਐਸਟਡ ਵੀਡੀਓ ਆ। ਤੇ ਕੜੀ ਨੂੰ ਆਪਾਂ ਚੌਲਾਂ ਦੇ ਨਾਲ ਵੀ ਬਣਾ ਕੇ ਸਰਵ ਕਰ ਸਕਦੇ ਹਾਂ, ਪਰੌਂਠੇ ਦੇ ਨਾਲ ਵੀ, ਰੋਟੀ ਦੇ ਨਾਲ ਵੀ ਬਣਾ ਕੇ ਸਰਵ ਕਰ ਸਕਦੇ ਹਾਂ। ਇਹਦੇ ਵਾਸਤੇ ਆਪਾਂ ਜਿਹੜਾ ਜਿਹੜਾ ਸਮਾਨ ਲਿਆ ਆ ਉਹਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। 2 ਗਲਾਸ ਆਪਾਂ ਲੱਸੀ ਦੇ ਲਏ ਆ, ਤੇ ਇਸ ਤੋਂ ਇਲਾਵਾ ਟਮਾਟਰ ਲਏ ਨੇ, ਤੇ ਇਹਨੇ ਟਮਾਟਰਾਂ ਨੂੰ ਮੈਂ ਕੱਦੂਕਸ ਕੀਤਾ ਆ। ਟਮਾਟਰਾਂ ਨੂੰ ਤੁਸੀਂ ਕੱਟ ਕੇ ਨਹੀਂ ਪਾਣਾ, ਕੱਦੂਕਸ ਕਰਕੇ ਪਾਣਾ ਆ। ਤੇ ਜਿਹੜਾ ਟਮਾਟਰ ਦਾ ਛਿਲਕਾ ਆ ਉਹਨੂੰ ਤੁਸੀਂ ਉਤਾਰ ਦੇਣਾ ਆ। ਤੇ ਉਸ ਤੋਂ ਇਲਾਵਾ ਧਨੀਆ ਆ ਆਪਣੇ ਕੋਲ ਥੋੜਾ ਜਿਹਾ, ਲਸਣ ਆ, 3 ਹਰੀਆਂ ਮਿਰਚਾਂ ਨੇ, ਤੇ ਅਦਰਕ ਆ। ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਕੁੱਟ ਲੈਣਾ, ਤੇ ਹਰੇ ਪਿਆਜ਼ ਦੀਆਂ ਜਿਹੜੀਆਂ ਭੂਕਾਂ ਨੇ ਇਹ ਵੀ ਆਪਾਂ ਨਾਲ ਹੀ ਕੁੱਟ ਲਵਾਂਗੇ। 1 ਕੌਲੀ ਜਿਹੜੀ ਆਪਾਂ ਦਹੀਂ ਦੀ ਲਈ ਆ, ਪਿਆਜ਼ ਨੇ, ਪਿਆਜ਼ ਜਿਹੜੇ ਆਪਾਂ ਪਕੌੜੇ ਬਣਾਉਣੇ ਆ ਤੇ ਕੜੀ ਦੇ ਵਿੱਚ ਪਾਣੇ ਆ, ਮੈਂ ਸਾਰੇ ਇੱਕੋ ਜਗ੍ਹਾ ਕੱਟ ਲਏ ਆ। ਇਹ 6-7 ਪਿਆਜ਼ ਸੀਗੇ ਵੱਡੇ ਸਾਈਜ਼ ਦੇ। ਤੇ ਜਿਹੜੇ ਮਸਾਲੇ ਆ ਮੈਂ ਨਾਲ ਦੀ ਨਾਲ ਤੁਹਾਨੂੰ ਦੱਸੂਗੀ। ਹੁਣ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਜਿਹੜੇ ਕੜੀ ਦੇ ਵਾਸਤੇ ਆਪਾਂ ਪਕੌੜੇ ਬਣਾਉਣੇ ਆ ਉਹਨਾਂ ਨੂੰ ਆਪਾਂ ਪਹਿਲਾਂ ਬਣਾ ਲੈਂਦੇ ਆ। ਬੇਸਣ ਲਿਆ ਆ ਆਪਾਂ ਕੜੀ ਦੇ ਵਾਸਤੇ, ਉਹ ਪਕੌੜੇ ਬਣਾਉਣ ਦੇ ਲਈ। ਇਹਦੇ ਵਿੱਚ ਆਪਾਂ ਪਾਉਣਾ ਆ ਲੂਣ ਜਿਹੜਾ ਆ ਤੁਸੀਂ ਸਵਾਦ ਦੇ ਹਿਸਾਬ ਨਾਲ ਪਾਉਣਾ ਆ। ਮੈਂ 1/2 ਚਮਚਾ ਜਿਹੜਾ ਲੂਣ ਦਾ ਪਾਉਣ ਲੱਗੀ ਹਾਂ, ਤੇ 1/2 ਚਮਚਾ ਜਿਹੜਾ ਲਾਲ ਮਿਰਚ ਦਾ, ਤੇ ਥੋੜਾ ਜਿਹਾ ਧਨੀਆ ਪਾਊਡਰ, ਥੋੜਾ ਜਿਹਾ ਜਿਹੜਾ ਪਾਉਣਾ ਆਪਾਂ ਗਰਮ ਮਸਾਲਾ, ਤੇ 1/2 ਚਮਚਾ ਆਪਾਂ ਜੀਰਾ ਵੀ ਪਾਵਾਂਗੇ। ਜੀਰਾ ਆਪਾਂ ਥੋੜਾ ਜਿਹਾ ਇੱਦਾਂ ਮਸਲ ਕੇ ਪਾ ਦਾਂਗੇ, ਤੇ ਥੋੜੀ ਜਿਹੀ ਆਪਾਂ ਸੁੱਕੀ ਹੋਈ ਜਿਹੜੀ ਮੇਥੀ ਆ ਉਹ ਵੀ ਆਪਾਂ ਇਹਦੇ ਵਿੱਚ ਪਾਉਣੀ ਆ। ਉਹਦੇ ਨਾਲ ਕੀ ਆ ਜਿਹੜੇ ਸਾਡੇ ਪਕੌੜੇ ਆ ਉਹ ਬਹੁਤ ਵਧੀਆ ਬਣਦੇ ਆ। ਹੁਣ ਕੀ ਕਰਨਾ ਆ, ਦਹੀਂ ਦੇ ਇਹ ਪਕੌੜਿਆਂ ਲਈ ਮੈਂ ਤੁਹਾਨੂੰ ਇੱਕ ਇੱਥੇ ਟਿਪ ਦੇਣਾ ਆ ਕਿ ਦਹੀਂ ਨੂੰ ਜਿਹੜੇ ਪਕੌੜੇ ਜਦੋਂ ਵੀ ਬਣਾਉਣੇ ਆ ਉਹਨੂੰ ਜਦੋਂ ਆਪਾਂ ਇਹਦੇ ਵਿੱਚ ਆਪਾਂ ਪਾਣੀ ਪਾਉਂਦੇ ਆ ਨਾ ਪਕੌੜੇ ਬੇਸਣ ਨੂੰ ਘੋਲਣ ਵਾਸਤੇ, ਅਸੀਂ ਕੀ ਕਰਨਾ ਆ ਇਹਦੇ ਵਿੱਚ ਆਪਾਂ ਦਹੀਂ ਪਾਉਣਾ ਆ। ਦਹੀਂ ਜਦੋਂ ਦੇ ਨਾਲ ਹੀ ਆਪਾਂ ਇਸ ਆਟੇ ਨੂੰ ਇੱਦਾਂ ਬੇਸਣ ਨੂੰ ਇੱਦਾਂ ਗੁੰਨਣਾ ਆ। ਇਹਦੇ ਨਾਲ ਕੀ ਹੋਊਗਾ, ਜਿਹੜੇ ਸਾਡੇ ਪਕੌੜੇ ਆ ਉਹ ਬਹੁਤ ਹੀ ਜ਼ਿਆਦਾ ਨਰਮ ਬਣੂਗੇ, ਤੇ ਖਾਣ ਦੇ ਵਿੱਚ ਵੀ ਜਿਹੜਾ ਉਹਦਾ ਸਵਾਦ ਆ ਉਹ ਬਹੁਤ ਵਧੀਆ ਆਊਗਾ। ਤੁਸੀਂ ਜ਼ਰੂਰ ਇਸ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਦੇਖਿਓ। ਚੰਗੀ ਤਰ੍ਹਾਂ ਆਪਾਂ ਮਿਲਾ ਲੈਣਾ ਆ ਬੇਸਣ ਨੂੰ ਇੱਦਾਂ। ਬੇਸਣ ਜਿਹੜਾ ਸਾਡਾ ਘੁਲ ਗਿਆ ਆ, ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ। ਪਕੌੜਿਆਂ ਦੇ ਵਾਸਤੇ ਜਿਹੜਾ ਪਿਆਜ਼ ਆ ਉਹ ਥੋੜਾ ਇੱਦਾਂ ਹੀ ਲੰਬਾ ਹੀ ਤੁਸੀਂ ਕੱਟਣਾ ਆ, ਤੇ ਉਦਾਂ ਜਿਹੜੇ ਪਕੌੜੇ ਆ ਆਪਣੇ ਵਧੀਆ ਲੱਗਦੇ ਆ। ਇੱਦਾਂ ਮਿਲਾ ਲੈਣਾ ਆਪਾਂ ਬੇਸਣ ਦੇ ਵਿੱਚ ਪਿਆਜ਼ ਨੂੰ ਵੀ, ਤੇ ਫਿਰ ਇਹਨੂੰ ਆਪਾਂ 4-5 ਮਿੰਟ ਵਾਸਤੇ ਇੱਦਾਂ ਹੀ ਛੱਡ ਦੇਵਾਂਗੇ। ਉਸ ਤੋਂ ਬਾਅਦ ਆਪਾਂ ਪਕੌੜੇ ਬਣਾਉਣੇ ਸ਼ੁਰੂ ਕਰਨੇ ਆ, ਤੇ ਜਦੋਂ ਤੱਕ ਆਪਾਂ ਬੇਸਣ ਨੂੰ ਇੱਦਾਂ ਰੱਖਣਾ ਆ ਉਦੋਂ ਤੱਕ ਆਪਾਂ ਜਿਹੜਾ ਸਾਡਾ ਤੇਲ ਆ ਉਹਨੂੰ ਆਪਾਂ ਗਰਮ ਕਰ ਲੈਂਦੇ ਆ। ਕੜਾਹੀ ਆਪਾਂ ਰੱਖ ਦਿੱਤੀ ਆ, ਤੇ ਇਹਦੇ ਵਿੱਚ ਆਪਾਂ ਤੇਲ ਪਾ ਦੇਣਾ ਆ। ਗਰਮ ਤੇਲ ਸਾਡਾ ਗਰਮ ਹੋ ਗਿਆ ਆ, ਪਕੌੜੇ ਪਾਣੇ ਇਹਦੇ ਵਿੱਚ ਆਪਾਂ ਸ਼ੁਰੂ ਕਰ ਦੇਣਾ। ਇੱਕ ਵਾਰੀ ਚ ਜਿੰਨੇ ਪਕੌੜੇ ਆਊਗੇ ਓਨੇ ਆਪਾਂ ਕੜਾਹੀ ਦੇ ਵਿੱਚ ਪਾ ਦਾਂਗੇ। ਤੇ ਤੁਸੀਂ ਇਹਦੇ ਵਿੱਚ ਬੇਸਣ ਦੇ ਵਿੱਚ ਮਿੱਠਾ ਸੋਡਾ ਨਹੀਂ ਪਾਣਾ, ਇਹਨੂੰ ਪਕੌੜਿਆਂ ਨੂੰ ਬਿਨਾਂ ਮਿੱਠੇ ਸੋਡੇ ਤੋਂ ਹੀ ਬਣਾ ਕੇ ਦੇਖਿਓ। ਦਹੀਂ ਦੇ ਨਾਲ ਜਿੱਦਾਂ ਆਪਾਂ ਇਹਨੂੰ ਗੁੰਨਦੇ ਹਾਂ ਤੇ ਜਿਹੜੇ ਪਕੌੜੇ ਆ ਉਹ ਬਹੁਤ ਨਰਮ ਬਣਦੇ ਆ। ਜਿਹੜੇ ਪਕੌੜੇ ਤੁਹਾਡੇ ਸਿੱਕਦੇ ਜਾਊਗੇ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੀ ਪਲਟਦੇ ਰਹਿਣਾ। ਬਾਕੀ ਦੇ ਵੀ ਪਕੌੜੇ ਜਿਹੜੇ ਉਹ ਪੈਦ ਬਣਾ ਕੇ ਤਿਆਰ ਕਰ ਲੈਣੇ। ਸਾਰੇ ਪਕੌੜੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਆ, ਤੇ ਹੁਣ ਆਪਾਂ ਕੜੀ ਨੂੰ ਤੜਕਾ ਲਾਵਾਂਗੇ। ਪਕੌੜੇ ਜਿਹੜੇ ਸਾਡੇ ਤਿਆਰ ਹੋ ਗਏ ਆ ਬਣ ਕੇ, ਤੇ ਹੁਣ ਆਪਾਂ ਕੀ ਕਰਨਾ ਆ, ਹੁਣ ਆਪਾਂ ਇਹਦੇ ਲਈ ਬੇਸਣ ਘੋਲ ਲੈਂਦੇ ਆ। ਬੇਸਣ ਜਿਹੜਾ 1 ਕੱਪ ਆਪਾਂ ਬੇਸਣ ਲਿਆ ਆ, ਤੇ ਤੁਸੀਂ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਲੈ ਲੈਣਾ ਆ। ਤੇ ਬੇਸਣ ਦੇ ਵਿੱਚ ਆਪਾਂ ਥੋੜੀ ਥੋੜੀ ਲੱਸੀ ਜਿਹੜੀ ਆ ਪਾ ਕੇ ਉਹਨੂੰ ਇਹਦਾ ਚੰਗੀ ਤਰ੍ਹਾਂ ਘੋਲ ਲੈਣਾ ਆ।
एकदम तुसी बेसन नू लस्सी दे वेच नहीं घोलना, नहीं तो की हुंदा गंटियां जिहा बन जांदियां ने। ते थोड़ी थोड़ी जिहड़ी लस्सी पानी है ते चंगी तरह आपां बेसन घोल लेना है हाथ दे नाल। चंगी तरह बेसन घोलन तो बाद हुण आपां इहदे विच सारी लस्सी जिहड़ी है उह पा देणी है। उस कड़ाही दे अंदर डेढ़ कड़छी जिहड़ी आपां तेल दी पानी है ते तेल जिहड़ा आपां थोड़ा जिहा गर्म कर लेना है। अद्धा चमचा इहदे विच आपां मेथी दाणे दा पाणा है, अद्धा चमचा ही आपां इहदे विच जीरे दा पावांगे ते थोड़ी जिही आपां पिंच के इहदे विच हिंग पाणी है। इन्हां तिन्नां चीजां नूं पहलां आपां थोड़ा जिहा भुन्नणा है। इन्हां नूं भुन्नण तों बाद हुण आपां इहदे विच प्याज पा देणी है। प्याज जिहड़ा है आपां इह ज्यादा नहीं भुन्नणा, सिर्फ इहनूं आपां 2 मिंट 1.5-2 मिंट वास्ते भुन्नांगे। जिहड़ी अग्ग आ हुण आपां तेज़ कर देंगे। जदों तक साडा प्याज भुजदा पिया आ उदों तक जिहड़ा साडा लसण अदरक ते हरियां मिर्चां इहनां नूं आपां तिन्नां नूं कुट लैणा आ। जिहड़ियां हरियां मिर्चां आ उह मैं कट लैंदी आ थोड़ियां जिहियां आराम नाल, फिर कुट हो जाऊगियां। प्याज जिहड़ा साडा भुन्निया गया हुण आपां इहदे विच जिहड़े टमाटर ने उह पा देणे। ते टमाटर नूं आपां 3-4 मिंट तक भुन्नांगे। लसण अदरक कुटिया गया है, इहदे विच जिहड़ियां हरे प्याज दीआं भूकां आ इह वी आपां इहदे विच ही कुट लैणियां। टमाटर जिहड़ा चंगी तरह साडा भुन गया है हुण आपां इहदे विच जिहड़े मसाले आ उह पा देणे आ। लूण पावांगे आपां 1/2 चमचे तों थोड़ा जिहा ज्यादा, तुसीं स्वाद दे हिसाब नाल लूण पाउणा आ। ते थोड़ी जिही आपां इहदे विच 1/2 चमचा लाल मिर्च पाउणी आ, 1/2 चमचा जिहड़ा धनिए पाउडर दा पाउणा आ। ते इहदे विच मैं तुहानूं हल्दी दस्सणा चाहुंदी आ कि जे जिहड़ी कढ़ी हुंदी आ कढ़ी दे विच हमेशा हल्दी ज्यादा ही पाई जांदी आ। 1 चमचा जिहड़ा है आपां इहदे विच हल्दी दा पाणा आ, उहदे नाल की हुंदा आ कि जिहड़ा कढ़ी दा रंग आ उह वधिया आउंदा आ। ते मसाले नूं आपां चंगी तरह 2.5-3 मिंट वास्ते भुन लैणा आ। उदों तक भुन्नांगे आपां मसाले नूं जदों तक मसाला जिहड़ा आ घिओ नहीं छड्ड दिंदा। मसाला जिहड़ा साडा चंगी तरह भुन हो गया है, अब तुसीं देख सकदे हो मसाले ने जिहड़ा तेल छड्ड दित्ता है। ते हुण आपां इहदे विच जिहड़ा घोलिया होया साडा बेसन आ उह पा देणा। बेसन दे विच आपां 1.5 लीटर घट्टो घट्ट आपां पानी पाउणा आ, क्योंकि की हुंदा आ कि जिन्ना ज्यादा आपां कढ़ी नूं पकावांगे उन्नी ज्यादा जिहड़ी कढ़ी आ आपणी स्वाद बणेगी। नाल दी नाल आपां इहदा हिलाई देणा आ। हुण अग जिहड़ी आ आपां थोड़ी तेज़ करांगे ते कढ़ी नूं लगातार तुसीं हिलांदे रहना आ, क्योंकि कढ़ी जिहड़ी आ जदों शुरू दे विच उबलण लगदी आ तां इह बहुत ज़्यादा उबलदी आ ते बाहर आउंदी आ। ते इहदा ध्यान जिहड़ा तुसीं उदों तक रखणा आ जदों तक इह चंगी तरहां उबलणी शुरू नहीं हो जांदी। हुण आपां इहनूं की करांगे इहदे विच इक उबाल आण देवांगे। कढ़ी दे विच उबाल आउणा शुरू हो गया आ
ਤੇ ਕੜੀ ਨੂੰ ਤੁਸੀਂ ਲਗਾਤਾਰ ਹਿਲਾਈ ਜਾਣਾ ਆ ਤੇ ਕੜੀ ਨੂੰ ਤੁਸੀਂ ਆਪਾਂ ਹਲੇ ਬਿਲਕੁਲ ਵੀ ਨੀ ਢਕਣਾ ਹੈਗਾ ਜਦੋਂ ਤੱਕ ਇਹ ਥੱਲੇ ਨੀ ਬਹਿੰਦੀ ਹਲੇ ਇਹਨੇ ਥੋੜਾ ਜਿਹਾ ਉਬਾਲੇ ਮਾਰਨੇ ਆ ਉਸ ਤੋਂ ਬਾਅਦ ਇਹਨੂੰ ਆਪਾਂ ਉਦੋਂ ਤੱਕ ਤੁਸੀਂ ਕੜੀ ਦੇ ਹਮੇਸ਼ਾ ਕੋਲ ਹੀ ਰਹਿਣਾ ਆ ਜਦੋਂ ਤੱਕ ਕੜੀ 5-10 ਮਿੰਟ ਤੱਕ ਚੰਗੀ ਤਰ੍ਹਾਂ ਉਬਲ ਨੀ ਜਾਂਦੀ ਕੜੀ ਨੂੰ ਹਿਲਾਈ ਜਾਣਾ ਆ ਆਪਾਂ ਨਾਲ ਦੀ ਨਾਲ ਕੜੀ ਸਾਡੀ ਰਿੱਝਣ ਲੱਗ ਗਈ ਆ ਹੁਣ ਇਹਨੂੰ ਆਪਾਂ ਉੱਪਰੋਂ ਦੀ ਢੱਕ ਦੇਣਾ ਏਦਾਂ ਥੋੜਾ ਜਿਹਾ ਆਪਾਂ ਇਹਨੂੰ ਨੰਗਾ ਰੱਖਣਾ ਆ ਤੇ ਉਸ ਤੋਂ ਬਾਅਦ ਕੀ ਆ ਕਿ ਜਿਹੜਾ ਅਸੀਂ ਲਸਣ ਤੇ ਜਿਹੜਾ ਆਪਣੀਆਂ ਹਰੀਆਂ ਮਿਰਚਾਂ ਸੀ ਅਦਰਕ ਉਹ ਨੀ ਹਜੇ ਇਹਦੇ ਵਿੱਚ ਪਾਇਆ ਜਦੋਂ ਇਹ ਕੜੀ ਥੋੜੀ ਜਿਹੀ ਹੋਰ ਰਿੱਝ ਜੂਗੀ ਫੇਰ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਾਵਾਂਗੇ ਇਸ ਤਰੀਕੇ ਦੇ ਨਾਲ ਜੇ ਆਪਾਂ ਲਸਣ ਤੇ ਅਦਰਕ ਕੜੀ ਦੇ ਵਿੱਚ ਪਾਉਂਦੇ ਆ ਤਾਂ ਉਹ ਤਾਂ ਕੜੀ ਦੇ ਵਿੱਚ ਲਸਣ ਤੇ ਅਦਰਕ ਦਾ ਜਿਹੜਾ ਸਵਾਦ ਆ ਉਹ ਬਹੁਤ ਹੀ ਵਧੀਆ ਆਉਂਦਾ ਆ ਕੜੀ ਜਿਹੜੀ ਸਾਡੀ ਅੱਧੀ ਰਿੱਝ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆ ਅਦਰਕ ਤੇ ਜਿਹੜਾ ਲਸਣ ਆ ਉਹ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਹਿਲਾ ਦੇਣਾ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆਪਾਂ ਪਾਇਆ ਸੀ ਤੇ ਰਿੱਝ ਰਿੱਝ ਕੇ ਕਿੰਨਾ ਪਾਣੀ ਰਹਿ ਗਿਆ ਆ ਹੁਣ ਆਪਾਂ ਫੇਰ ਇਹਨੂੰ ਅੱਧੀ ਚੰਗੀ ਤਰ੍ਹਾਂ ਰਿੱਝਣ ਦੇਵਾਂਗੇ ਹਲੇ 10-15 ਮਿੰਟ ਕੜੀ ਨੂੰ ਆਪਾਂ ਜਿੰਨਾ ਜ਼ਿਆਦਾ ਪਕਾਵਾਂਗੇ ਓਨੀ ਜ਼ਿਆਦਾ ਜਿਹੜੀ ਕੜੀ ਆਪਣੀ ਸਵਾਦ ਬਣੂਗੀ ਤੇ ਜਿਹੜਾ ਆਪਾਂ ਇਹ ਏਦਾਂ ਅਦਰਕ ਤੇ ਲਸਣ ਏਦਾਂ ਵਿੱਚ ਘਾਰ ਜਿਹਾ ਕੇ ਪਾਇਆ ਨਾ ਇਹਦੇ ਨਾਲ ਜਿਹੜਾ ਸਵਾਦ ਆ ਕੜੀ ਦਾ ਬਹੁਤ ਹੀ ਵਧੀਆ ਆਉਂਦਾ ਹੈ ਕੜੀ ਜਿਹੜੀ ਸਾਡੀ ਬਣ ਗਈ ਹੈ ਤੁਸੀਂ ਦੇਖ ਸਕਦੇ ਹੋ ਜਿੰਨਾ ਆਪਾਂ ਪਾਣੀ ਪਾਇਆ ਸੀ ਉਹਦੇ ਚੋਂ ਅੱਧਾ ਪਾਣੀ ਜਿਹੜਾ ਆ ਆਪਣਾ ਸਾੜ ਚੁੱਕਿਆ ਆ ਤੇ ਹੁਣ ਆਪਾਂ ਕੀ ਕਰਨਾ ਆ ਕੜੀ ਦੇ ਵਿੱਚ ਆਪਾਂ ਜਿਹੜੇ ਪਕੌੜੇ ਆ ਉਹ ਪਾ ਦੇਣੇ ਆ ਪਕੌੜੇ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਹਿਲਾ ਲੈਣਾ ਆ 3-4 ਮਿੰਟ ਤੱਕ ਆਪਾਂ ਇਹਨੂੰ ਏਦਾਂ ਹੀ ਕੜੀ ਦੇ ਵਿੱਚ ਪਕੌੜਿਆਂ ਨੂੰ ਰਿਝਾ ਲਿਆ ਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਗਰਮ ਮਸਾਲੇ ਦਾ ਪਾਉਣਾ ਆ ਗਰਮ ਮਸਾਲਾ ਪਾ ਕੇ ਆਪਾਂ ਹਿਲਾ ਲੈਣਾ ਇਹਨੂੰ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਹਰਾ ਧਨੀਆ ਵੀ ਪਾ ਦਾਂਗੇ ਨਾਲ ਹੀ ਤੇ ਕੜੀ ਸਾਡੀ ਬਣ ਕੇ ਤਿਆਰ ਆ ਆਪਾਂ ਇਹਨੂੰ ਥੱਲੇ ਉਤਾਰ ਲੈਂਦੇ ਹਾਂ ਹੁਣ ਕੜੀ ਨੂੰ ਆਪਾਂ ਉੱਪਰੋਂ ਦੀ ਤੜਕਾ ਜਿਹੜਾ ਬਾਅਦ ਵਿੱਚ ਅਖੀਰ ਦੇ ਉੱਤੇ ਲਾਉਂਦੇ ਹੁੰਦੇ ਆ ਉਹ ਲਾਉਂਦੇ ਆ 2 ਚਮਚੇ ਜਿਹੜੇ ਆਪਾਂ ਇਹਦੇ ਵਿੱਚ ਤੇਲ ਦੇ ਪਾਉਣੇ ਆ ਤੇਲ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲੈਣਾ ਪਹਿਲਾਂ ਜਦੋਂ ਸਾਡਾ ਤੇਲ ਗਰਮ ਹੋ ਜਾਵੇ ਆਪਾਂ ਇਹਦੇ ਵਿੱਚ 4-5 ਜਿਹੜੀਆਂ ਸੁੱਕੀਆਂ ਮਿਰਚਾਂ ਪਾ ਦਾਂਗੇ ਤੇ ਥੋੜੀ ਜਿਹੀ ਆਪਾਂ ਜਿਹੜੀ ਆ ਦੇਗੀ ਮਿਰਚ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਦਸਾਲ ਲੈਣਾ ਆ ਥੋੜਾ ਜਿਹਾ ਜ਼ਿਆਦਾ ਸੇਕ ਨਹੀਂ ਲਵਾਉਣਾ ਥੋੜਾ ਜਿਹਾ ਸੇਕ ਲਵਾਵਾਂਗੇ ਆਪਾਂ ਇਹਨੂੰ ਥੋੜਾ ਜਿਹਾ ਆਪਾਂ ਇਹਨੂੰ ਸੇਕਣ ਤੋਂ ਬਾਅਦ ਹੁਣ ਆਪਾਂ ਇਹਨੂੰ ਕੜੀ ਦੇ ਉੱਤੇ ਪਾ ਦਾਂਗੇ ਏਦਾਂ ਹਿਲਾ ਲੈਣਾ ਹੈ ਆਪਾਂ ਕੜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਆ ਇਸੇ ਤਰੀਕੇ ਦੇ ਨਾਲ ਤੁਸੀਂ ਕੜੀ ਨੂੰ ਬਣਾਇਓ ਕੜੀ ਦਾ ਜਿਹੜਾ ਸਵਾਦ ਆ ਉਹ ਬਹੁਤ ਹੀ ਵਧੀਆ ਹੋਊਗਾ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਪਕੌੜਿਆਂ ਨੂੰ ਜਦੋਂ ਤੁਸੀਂ ਬਣਾਉਣਾ ਆ ਉਦੋਂ ਧਿਆਨ ਰੱਖਣਾ ਆ ਉਹਦੇ ਵਿੱਚ ਦਹੀਂ ਪਾਇਓ ਉਹਦੇ ਨਾਲ ਪਕੌੜੇ ਤੁਹਾਡੇ ਬਹੁਤ ਵਧੀਆ ਬਣੂਗੇ ਉਹਨਾਂ ਦਾ ਸਵਾਦ ਵੀ ਵੱਖਰਾ ਹੀ ਹੋਊਗਾ ਤੇ ਜਿਹੜਾ ਲਸਣ ਅਦਰਕ ਆ ਉਹ ਵੀ ਆਪਾਂ ਕੜੀ ਦੇ ਵਿੱਚ ਜੇ ਜਾ ਕੇ ਪਾਉਣਾ ਆ ਉਹਦੇ ਨਾਲ ਵੀ ਉਹ ਆਪਣਾ ਟੇਸਟ ਜਿਹੜਾ ਹੋਰ ਜ਼ਿਆਦਾ ਵਧੂਗਾ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਇਹਨੂੰ ਬਣਾਉਣਾ ਆ ਅਤੇ ਖਾਣਾ ਆ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਪਹਿਲੀ ਵਾਰੀ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰਕੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਇਹਦੇ ਨਾਲ ਕੀ ਹੋਊਗਾ ਕਿ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਆ ਉਹ ਮਿਲਦੀ ਰਹੂਗੀ ਜਿਹੜੀ ਵੀ ਆਪਾਂ ਕੋਈ ਨਵੀਂ ਵੀਡੀਓ ਪਾਵਾਂਗੇ ਚੈਨਲ ਦੇ ਨਾਲ ਜੁੜੋ ਚੈਨਲ ਨੂੰ ਸਪੋਰਟ ਕਰੋ ਵੀਡੀਓ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ